ਹਾਂਜੀ ਭਾਅ ਜੀ, ਪੈਟਰੋਲ ਦੇ ਅਤੇ ਡੀਜ਼ਲ ਦੇ ਰੇਟਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਕਾਂਗਰਸ ਵੱਲੋਂ। ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਪ੍ਰੋਟੈਸਟ ਕਰ ਚੁੱਕੇ ਆ, ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਇਹ ਮੋਦੀ ਸਰਕਾਰ ਆ, BJP ਸਰਕਾਰ ਆ, ਇਹਨਾਂ ਨੇ ਜਿਹੜਾ ਕੀਮਤਾਂ ਵਧਾ ਰਹੇ, ਦਿਨ ਬ ਦਿਨ ਵੱਧ ਰਹੀ ਆ ਵਾ, ਇਹਨਾਂ ਗਰੀਬ ਆਦਮੀ ਦਾ ਜਿਹੜਾ ਗਰੀਬ ਪਰਿਵਾਰ ਉਹਨਾਂ ਦਾ ਕੰਜ਼ੂਮਰ ਘੱਟਦਾ ਵਾ। ਇਹਦੇ ਵਿੱਚ ਖਾਸ ਕਰ ਜ਼ਿਆਦਾ ਗਰੀਬਾਂ 'ਤੇ ਅਸਰ ਪੈਂਦਾ, ਅਤੇ ਰਸੋਈ ਜਿਹੜੀ ਆ ਨਾ ਉਹ ਬੜੀ ਮਹਿੰਗੀ ਹੋ ਗਈ ਆ, ਕਿਉਂਕਿ ਢੋਆ ਢਵਾਈ ਦਾ ਮਾਲ ਜਿਹੜਾ ਵਾ ਉਹ ਟਰਾਂਸਪੋਰਟਰ ਨਾਲ ਚੱਲਦਾ ਵਾ, ਡੀਜ਼ਲ ਨਾਲ ਚੱਲਦਾ, ਅਤੇ ਜਦੋਂ ਡੀਜ਼ਲ ਦੇ ਰੇਟ ਵੱਧਦੇ ਆ ਅਤੇ ਕਿਰਾਏ ਵੱਧਦੇ ਆ, ਅਤੇ ਕਿਰਾਏ ਵਧਣ ਨਾਲ ਜਿਹੜਾ ਵਾ ਉਹ ਗਰੀਬ 'ਤੇ ਜ਼ਿਆਦਾ ਅਸਰ ਪੈਂਦਾ ਵਾ। ਮੋਦੀ ਸਰਕਾਰ ਬਹੁਤ ਗਲਤ ਕਰ ਰਹੀ ਆ ਔਰ ਗਰੀਬਾਂ ਨਾਲ ਧੱਕਾ ਕਰ ਰਹੀ ਆ। ਜੀ, ਇਹ ਪੈਟਰੋਲ ਜਿਹੜਾ ਇੱਕ ਵਾਰ ਫਿਰ 103 ਰੁਪਏ ਲੀਟਰ ਦੇ ਕੋਲ ਪਹੁੰਚ ਗਿਆ, ਜਦੋਂ ਕਾਂਗਰਸ ਦੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਵੱਲੋਂ ਇਨੀਸ਼ੀਏਟਿਵ ਲੈਂਦੇ ਹੋਏ ਟੈਕਸ ਘਟਾ ਦਿੱਤਾ ਗਿਆ, ਜੇ ਲੱਗਦਾ ਕਿ ਆਪ ਸਰਕਾਰ ਨੂੰ ਵੀ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੀਦਾ? ਬਿਲਕੁਲ ਜੀ, ਉਦੋਂ ਉਹਨਾਂ ਨੇ ਪੈਟਰੋਲ 'ਤੇ 10 ਰੁਪਏ ਲੀਟਰ ਔਰ ਜਿਹੜਾ ਡੀਜ਼ਲ ਸੀ ਉੱਥੇ 5 ਰੁਪਏ ਉਹਨਾਂ ਕੀਤਾ, ਜਿਹੜਾ ਗਰੀਬ ਜਨਤਾ ਨੂੰ ਬਹੁਤ ਵੱਡਾ ਰਾਹਤ ਮਿਲੀ ਸੀ। ਪਰ ਇਹ ਜਿਹੜੀ ਹੁਣ ਸਰਕਾਰ ਆ, BJP ਦੀ ਜਿਹੜੀ ਬੀ ਟੀਮ ਆ, ਆਮ ਆਦਮੀ, ਇਹ ਕੁਝ ਨਹੀਂ ਕਰ ਰਹੀ, ਇਹ ਉਹਨਾਂ ਦੇ ਹੱਥਾਂ 'ਚ ਖੇਡ ਰਹੀ ਆ ਔਰ ਇਹਨਾਂ ਨੂੰ ਕੋਈ ਮਹਿੰਗਾਈ ਦੇ ਨਾਲ ਨਹੀਂ ਗਾ, ਇੰਨੀ ਕੋਈ ਇਹਨਾਂ ਦਾ ਇੱਥੇ ਕੋਈ ਬਿਆਨ ਨਹੀਂ ਆ ਰਿਹਾ, ਕੋਈ ਇਹਨਾਂ ਦਾ ਇੱਥੇ ਕੋਈ ਕਹਿ ਨਹੀਂ ਰਹੇ ਵੀ ਇੰਨੀ ਗਰੀਬ ਨਾਲ ਧੱਕਾ ਹੋ ਰਿਹਾ, ਜਾਂ ਡੀਜ਼ਲ ਕੀਮਤਾਂ ਵੱਧ ਗਈਆਂ, ਗੈਸ ਦੀਆਂ ਕੀਮਤਾਂ ਵੱਧ ਗਈਆਂ, ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ, ਜਾਂ ਹੋਰ ਵੀ ਕਈ BJP ਜਿਹੜੀ ਪੰਜਾਬ ਨਾਲ ਧੱਕੇ ਕਰ ਰਹੀ ਹੈ, ਇਹ ਆਮ ਆਦਮੀ ਬਿਲਕੁਲ ਨਹੀਂ ਬੋਲ ਰਹੀ, ਸੁੱਤੀ ਪਈ ਹੈ। ਜੀ ਜੀ, ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਸੀ, ਕਹਿੰਦੇ 10 ਦਿਨਾਂ 'ਚ ਭਗਵੰਤ ਮਾਨ ਨੇ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਤਾ, ਕਿਸ ਤਰ੍ਹਾਂ ਦੇਖਦੇ ਉਸ ਬਿਆਨ? ਬਿਲਕੁਲ ਜੀ, ਇਹ ਦੱਸਣ ਵਾਲੀ ਗੱਲ ਆ, ਕੋਈ ਭ੍ਰਿਸ਼ਟਾਚਾਰ ਨਹੀਂ ਖਤਮ ਹੋਇਆ, ਉਸੇ ਤਰ੍ਹਾਂ ਹੀ ਚੱਲ ਰਿਹਾ ਵਾ। ਆ ਸਾਡੀ ਜਿਹੜੀ ਬਲਾਕ ਅਟਾਰੀ ਪੈਂਦਾ ਮੇਰੇ ਅਟਾਰੀ ਕੰਸਟੀਚੁਐਂਸੀ ਨੂੰ, ਉੱਥੇ ਜਸਬੀਰ ਕੌਰ ਇੱਕ ਵੀਡੀਓ ਨਾਲ ਲਾਈ ਆ, ਜਿਹੜੀ ਬਹੁਤ ਭ੍ਰਿਸ਼ਟ ਅਫਸਰ ਸੀ, ਠੀਕ ਹੈ ਜੀ, ਉਹ ਪਹਿਲਾਂ ਵੀ 3 ਸਾਲ ਰਹੀ ਆ, ਉਹਨੇ ਬਹੁਤ ਘਪਲੇ ਕੀਤੇ ਸਰਪੰਚਾਂ ਨਾਲ ਰਲ ਕੇ, ਅਤੇ ਅੱਜ ਵੀ ਉਹ ਫਿਰ ਉਹੀ ਲੱਗ ਗਈ। ਕਿੱਥੇ ਹੋਇਆ ਇਹ ਭ੍ਰਿਸ਼ਟ ਅਫਸਰ? ਇਹੋ ਜਿਹੇ 'ਤੇ ਅੰਦਰ ਠੋਕਣੇ ਚਾਹੀਦੇ ਨਕਵਾਰੀਆਂ ਕਰਕੇ, ਜੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਆ, ਇਹ ਖਤਮ ਨਹੀਂ ਕਰਨਾ ਚਾਹੁੰਦੇ, ਇਹਨਾਂ ਉਹਨਾਂ ਨੂੰ ਬਲ ਦੇ ਰਹੇ ਆ, ਇਹ ਲੋਕਾਂ ਨੂੰ ਇੱਕ ਮਜ਼ਾਕ ਉਡਾਇਆ ਵਾ, ਮਜ਼ਾਕ ਨਾਲ ਇਹਨਾਂ ਦਾ ਇੱਕ ਵਾਰੀ ਕੰਮ ਰੁਕ ਗਿਆ, ਲੋਕ ਤਾਂ ਇਹਨਾਂ ਤੋਂ ਪਿੱਛੇ ਹਟਣਾ ਸ਼ੁਰੂ ਕਰਦੇ ਆ। ਜੀ ਜੀ, ਚਰਨਜੀਤ ਸਿੰਘ ਚੰਨੀ ਦੇ ਕੰਮਾਂ ਨੂੰ ਕਹਿੰਦੇ ਸੀ ਸਿਰਫ ਐਲਾਨ ਮੰਤਰੀ ਆ, ਹਜੇ ਤੱਕ ਭਗਵੰਤ ਮਾਨ ਦੇ ਕੰਮ ਵੀ ਸਿਰਫ ਐਲਾਨ ਹੀ ਹੈ, ਨੋਟੀਫਿਕੇਸ਼ਨ? ਇਹ ਐਲਾਨ ਮਾਨ ਆ ਜੀ, ਇਹ ਐਲਾਨ ਮਾਨ ਆ, ਉਹਨੂੰ ਆਉਂਦੇ ਸੀ ਨਾ, ਉਹਨੇ ਤਾਂ ਕੰਮ ਕੀਤੇ ਆ, ਬਹੁਤ ਸੋਹਣੇ ਕੰਮ ਕੀਤੇ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਉਹਦੇ ਕੋਲ ਸਮਾਂ ਬੜਾ ਥੋੜ੍ਹਾ ਸੀ, ਭਾਈ ਇਹਦੀ ਕੋਈ ਪ੍ਰੋਪਰ ਸਰਕਾਰ ਆ, ਇਹ ਭਗਵੰਤ ਮਾਨ ਨਹੀਂ, ਐਲਾਨ ਮਾਨ ਆ। ਠੀਕ, ਹਾਂਜੀ ਸਚਿਵ ਸਾਹਿਬ, ਅੱਜ ਇੱਕ ਵਾਰ ਫਿਰ ਪ੍ਰੋਟੈਸਟ ਕੀਤਾ ਗਿਆ, ਪਹਿਲਾਂ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਣਾ ਵੱਲੋਂ ਵੀ ਕੀਤਾ ਗਿਆ ਸੀ ਡੀਜ਼ਲ ਦੇ ਰੇਟਾਂ ਨੂੰ ਲੈ ਕੇ, ਸੈਂਚਰੀ ਪਾਰ ਹੋ ਗਈ ਹੈ, ਪੈਟਰੋਲ ਦੀ ਕੀ ਕਹੋਗੇ? ਆਲ ਇੰਡੀਆ ਕਾਂਗਰਸ ਕਮੇਟੀ ਦੇ ਹਾਈ ਕਮਾਂਡ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਹੜੀਆਂ ਆਏ ਦਿਨ ਪੈਟਰੋਲ, ਡੀਜ਼ਲ, ਗੈਸ, ਖਾਦਾਂ ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਨੇ, ਉਹਦੇ ਵਿਰੁੱਧ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰੋਟੈਸਟ ਕਰਨਾ ਸੀ। ਉਸ ਲੜੀ ਦੇ ਤਹਿਤ ਸਾਰੇ ਦੇਸ਼ ਵਿੱਚ, ਸਾਰੇ ਸੂਬਿਆਂ ਦੇ ਵਿੱਚ 2 ਤੋਂ ਲੈ ਕੇ 4 ਅਪ੍ਰੈਲ ਤੱਕ ਇਹ ਰੋਸ ਧਰਨੇ ਦਿੱਤੇ ਜਾਣੇ ਸਨ। ਸਾਡੇ ਮਾਨਯੋਗ ਪ੍ਰਧਾਨ, ਸਾਬਕਾ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਵੀ ਰੋਸਮਈ ਧਰਨਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਜੀ ਨਾਲ ਦਿੱਤਾ ਸੀ। ਸੋ ਅੱਜ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਦਫ਼ਤਰ ਵਿਖੇ ਇਕੱਤਰ ਹੋ ਕੇ ਇੱਥੇ ਵੀ ਸਰਦਾਰ ਸੰਤੋਖ ਸਿੰਘ ਜੀ, ਭਲਾਈਪੁਰ MLA ਸਾਹਿਬ, ਸਾਡੇ ਦਿਲਰਾਜ ਸਿੰਘ ਸਰਕਾਰੀਆ ਜੀ ਅਤੇ ਸਾਰੇ ਹੀ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨਾਂ ਦੇ ਨਾਲ ਅਸੀਂ ਰੋਸਮਈ ਧਰਨਾ ਦਿੱਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ, ਸੁੱਤੀ ਹੋਈ ਮੋਦੀ ਸਰਕਾਰ ਨੂੰ ਹਲੂਣਾ ਦੇਣ ਦੇ ਯਤਨ ਕੀਤਾ ਕਿ ਮੋਦੀ ਸਾਹਿਬ ਤੁਸੀਂ ਆਪ ਤੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਨਾਲ ਜਰਾਨਾ ਪਾ ਕੇ ਬੈਠੇ ਹੋ, ਲੇਕਿਨ ਵੇਖੋ ਗਰੀਬ ਲੋਕ ਦਾ, ਕਿਸਾਨ ਦਾ, ਮਜ਼ਦੂਰ ਦਾ ਕੀ ਹਾਲ ਹੈ। ਜਦੋਂ ਪੈਟਰੋਲ ਅਤੇ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ, ਉਦੋਂ ਘਰ ਦਾ ਬਜਟ ਵੀ ਵਿਗੜ ਜਾਂਦਾ ਹੈ, ਅਤੇ ਜਿਹੜੀਆਂ ਹੋਰ ਵਸਤਾਂ ਹੁੰਦੀਆਂ ਨੇ, ਚਾਹੇ ਉਹ ਸੀਮਿੰਟ ਹੈ, ਚਾਹੇ ਰੇਤ ਹੈ, ਚਾਹੇ ਬਜਰੀ ਹੈ, ਚਾਹੇ ਹੋਰ ਵੀ ਕੋਈ ਵੀ ਚੀਜ਼ ਹੈ, ਉਹ ਢੋਆ ਢੁਆਈ ਦੇ ਕਾਰਨ, ਟਰਾਂਸਪੋਰਟੇਸ਼ਨ ਦੇ ਨਾਲ ਉਹ ਮਹਿੰਗਾਈ ਵੱਧ ਜਾਂਦੀ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੀਆਂ ਨੇ। ਲੇਕਿਨ ਲੱਗਦਾ ਨਹੀਂ, ਪਹਿਲਾਂ ਵੀ ਪੈਟਰੋਲ ਡੀਜ਼ਲ ਦੇ ਰੇਟ ਵਧੇ ਸੀ, ਉਦੋਂ ਚਰਨਜੀਤ ਸਿੰਘ ਚੰਨੀ ਹੋਣਾ ਵੱਲੋਂ ਇਨੀਸ਼ੀਏਟਿਵ ਲੈਂਦੇ ਹੋਏ ਟੈਕਸ ਘਟਾ ਦਿੱਤੇ ਗਏ ਸੀ, ਹੁਣ ਪੰਜਾਬ ਸਰਕਾਰ ਨੂੰ ਵੀ ਕੁਝ ਸੋਚਣਾ ਚਾਹੀਦਾ ਤਾਂ ਜੋ ਗਰੀਬਾਂ ਦੀ ਜੇਬ 'ਤੇ ਨਾ ਅਸਰ ਨਾ ਪਵੇ? ਬਿਲਕੁਲ, ਅਸੀਂ ਅੱਜ ਇਹ ਜਿਹੜਾ ਪ੍ਰੋਟੈਸਟ ਹੈ ਇਹ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਦਿੱਤਾ ਹੈ, ਅਤੇ ਉਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪੜਾਅ ਹੋਏਗਾ ਉਹ ਸੂਬੇ ਦੀ ਸਰਕਾਰ ਦੇ ਖਿਲਾਫ ਹੋਏਗਾ, ਕਿਉਂਕਿ ਅੱਜ ਅਸੀਂ ਉਹਨਾਂ ਦੇ ਖਿਲਾਫ ਨਹੀਂ ਬੋਲ ਰਹੇ, ਕਿਉਂਕਿ ਅਜੇ ਉਹਨਾਂ ਨੂੰ ਥੋੜ੍ਹੇ ਦਿਨ ਹੀ ਸੱਤਾ ਵਿੱਚ ਆਇਆਂ ਨੂੰ ਹੋਏ ਨੇ। ਮੈਂ ਸਮਝਣਾ ਕਿ ਸ਼ਾਇਦ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਲੋਕਾਂ ਨੇ ਉਹਨਾਂ 'ਤੇ ਬਹੁਤ ਵਿਸ਼ਵਾਸ ਪ੍ਰਗਟ ਕੀਤਾ ਹੈ, 92 ਸੀਟਾਂ ਜਿੱਤ ਕੇ ਉਹ
सूबे के मुख्यमंत्री बने ने, पर जो लोगों उन्हें वादे करके सरकार बनाई है वो हुण वादे पूरे होने चाहिए ने। जे उन्होंने भी लोगों वादे ना पूरे किए तो फिर जे केंद्र की मोदी सरकार के खिलाफ असीं दरियां बिछा सकते हैं तो फिर पंजाब सरकार के खिलाफ ही बिछावांगे जे उन्होंने वादे पूरे ना किए। गुजरात के फेरी दौरान केजरीवाल साहब का बयान आया, कहते 10 दिनों से पंजाब से भ्रष्टाचार खत्म हो गया, किस तरह देखते जो कि वाकई भ्रष्टाचार खत्म हो गया 10 दिन? ये दूजे मोदी ने केजरीवाल साहब इन्हां दी कहनी ते कथनी च बहुत फर्क है। जिस तरह मोदी साहब कहिंदे सन तुहाडे खात्यां दे विच 15-15 लाख रुपये आउणगे, जे आए ने किसी दे इक बांह खड़ी करके कह दिओ जे एक भी किसी दे खाते जाए ने तो मैं सियासत छड दियांगा। इसे तरह केजरीवाल भी लोगों नूं लॉलीपॉप दे रहे ने, लुभावने जिहड़े ने लुभावने इन्हां ने भाषण दिते ने, पर मैं कि इन्हां नूं मुबारक, ये लोगों नाल जो वादे किए ने वो पूरे करके लोगों की साथ विच आउण, मज़ा फिर आएगा।